ਨਜ਼ਰ ਆਉਂਦੀਆਂ। ਸੇਵਾ ਸਿੰਘ ਸੇਖਵਾਂ ਦਾ ਤਾਂ ਇਹ ਆ ਨਾ, ਮੈਂ ਇਹਦੇ ਨਾਲ 10 ਸਾਲ ਗਿਆ ਕਿ ਮੈਨੂੰ SGPC ਦੀ ਪ੍ਰਧਾਨਗੀ ਮਿਲ ਜੇ। ਮੇਰਾ ਨਾਮ ਯਾਦਵਿੰਦਰ ਸਿੰਘ ਬੁੱਟਰ ਹੈਗਾ ਜੀ। ਮੈਂ ਇਹਦੇ ਬਾਰੇ ਤਾਂ ਇਹੋ ਕਹਿਣਾ ਚਾਹੂੰਗਾ ਕਿ ਜਿਹੜਾ ਸੇਵਾ ਸਿੰਘ ਸੇਖਵਾਂ ਜੀ ਅੱਜ ਸਿੱਖੀ ਸਰੂਪ ਦਾੜਾ ਪ੍ਰਕਾਸ਼ ਕਰਕੇ ਉੱਪਰੋਂ ਦੀ ਗਾਤਰਾ ਪਾ ਕੇ ਸੇਵਾ ਸਿੰਘ ਜੀ ਆਪਣੇ ਆਪ ਨੂੰ ਟਕਸਾਲੀ ਅਕਾਲੀ ਹੋਣ ਦਾ ਦਾਅਵਾ ਕਰ ਰਹੇ ਆ ਔਰ ਹੋਕਾ ਦੇ ਰਹੇ ਆ, ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਸੇਵਾ ਸਿੰਘ ਸੇਖਵਾਂ ਜੀ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਜੀ ਜਿਹੜੇ ਆ ਉਹ ਮੇਰੇ ਬਜ਼ੁਰਗ ਜਥੇਦਾਰ ਭਾਈ ਹਵੇਲਾ ਸਿੰਘ ਬੁੱਟਰ ਜਿਹੜੇ ਫਰੀਡਮ ਫਾਈਟਰ ਰਹੇ ਆ ਉਹਨਾਂ ਦੇ ਚੇਲੇ ਸੀਗੇ, ਸਾਡੇ ਰਿਸ਼ਤੇਦਾਰ ਵੀ ਸੀਗੇ। 2 ਸਾਲ ਸੇਵਾ ਸਿੰਘ ਸੇਖਵਾਂ ਔਰ ਇਹਦਾ ਪਿਤਾ ਇਹਦੀ ਮਾਂ ਸਾਡੇ ਘਰੇ ਰਹੇ, ਜਿਨ੍ਹਾਂ ਸਮਿਆਂ ਦੇ ਵਿੱਚ ਸੇਵਾ ਸਿੰਘ ਸੇਖਵਾਂ ਦੇ ਪਿਤਾ ਦੀ 3-4 ਏਕੜ ਜ਼ਮੀਨ ਸੀਗੀ, ਉਹਨਾਂ ਸਮਿਆਂ ਦੇ ਵਿੱਚ ਇਹ ਲੋਕ ਸਾਡੇ ਘਰਾਂ ਦੇ ਵਿੱਚ ਪਲ ਕੇ ਅਤੇ ਸਾਡੇ ਬਜ਼ੁਰਗਾਂ ਨੇ ਉਂਗਲ ਫੜ ਕੇ ਇਹਨਾਂ ਨੂੰ ਉਹਨਾਂ ਸਮਿਆਂ 'ਚ ਮਾਸਟਰ ਤਾਰਾ ਸਿੰਘ, ਮੋਹਨ ਸਿੰਘ ਤੋੜ ਹੋਣਾ ਦੇ ਵਿੱਚ ਇਹਨਾਂ ਨੂੰ ਅਸੀਂ ਐਜ਼ ਏ ਲੀਡਰ ਪ੍ਰਮੋਟ ਕੀਤਾ, ਇੰਟਰੋਡਿਊਸ ਕਰਵਾਇਆ। ਔਰ ਅੱਜ ਜੋ ਇਹ ਕਹਿ ਰਹੇ ਆ ਕਿ ਅਸੀਂ ਟਕਸਾਲੀ ਅਕਾਲੀ ਹਾਂ, ਅਸੀਂ ਬੜੇ ਸਿਧਾਂਤਵਾਦੀ ਹਾਂ, ਕਿਹੜੇ ਕਮਾਈ ਦੇ ਸਾਧਨਾਂ ਦੇ ਨਾਲ ਸੇਵਾ ਸਿੰਘ ਸੇਖਵਾਂ ਜੀ ਨੇ ਅੱਜ ਇੰਨੇ 100 ਏਕੜ ਜ਼ਮੀਨਾਂ ਬਣਾ ਲਈਆਂ ਵਾ। ਇਹਨਾਂ ਦਾ ਇੱਕ ਬੇਟਾ ਅਮੈਰੀਕਾ ਦੇ ਵਿੱਚ ਪਾਇਲਟ ਆ, ਉਹ ਇੱਕ ਕੰਪਨੀ ਦੇ ਵਿੱਚ ਜਿਹੜੇ ਐਰੋਪਲੇਨਸ ਰੈਂਟ 'ਤੇ ਦਿੰਦੇ ਆ ਉਹ ਕੰਪਨੀ ਨੂੰ ਚਲਾ ਰਿਹਾ ਵਾ। ਔਰ ਇਹਨਾਂ ਨੇ ਬਤੌਰ ਕੈਬਨਿਟ ਮੰਤਰੀ ਰਹਿੰਦਿਆਂ ਹੋਇਆਂ 2 ਵਾਰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੇ ਨਾਲ ਇਹ ਕੈਬਨਿਟ ਮੰਤਰੀ ਰਹੇ ਆ। ਇਹਨਾਂ ਨੇ ਹਲਕੇ ਦੇ ਵਿੱਚੋਂ ਪੈਸੇ ਲੈ ਕੇ ਪਟਵਾਰੀਆਂ ਕੋ, ਤਹਿਸੀਲਦਾਰਾਂ ਕੋ, SHO ਕੋ ਬੇਨਾਮੀ ਜਾਇਦਾਦਾਂ ਖੜੀਆਂ ਕੀਤੀਆਂ। ਤੁਹਾਨੂੰ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜਿਹੜੀ ਤੁਸੀਂ ਮੰਗਦੇ ਪਏ ਸੀਗੇ ਉਹ ਇਹਨਾਂ ਨੇ ਦਿੱਤੀ ਨਹੀਂ। 10 ਸਾਲ ਸੇਵਾ ਸਿੰਘ ਜੀ ਅਸੀਂ ਇੱਕੋ ਕਾਰ 'ਚ, ਤੁਸੀਂ ਅਤੇ ਮੈਂ ਇੱਕੋ ਕਾਰ 'ਚ ਘੁੰਮਦੇ ਰਹੇ ਹਾਂ। 10 ਸਾਲ ਤੁਸੀਂ ਇੱਥੇ ਆਣ ਕੇ ਬਾਦਲ ਸਾਹਿਬ ਕੋਲ ਹਰ ਸਾਲ ਨਵੰਬਰ ਦੇ ਮਹੀਨੇ ਤੁਸੀਂ SGPC ਦੀ ਲੌਬਿੰਗ ਕਰਨ ਲੱਗ ਪੈਂਦੇ ਸੀਗੇ ਕਿ ਕਦੀ ਮੈਨੂੰ ਪ੍ਰਧਾਨ ਬਣਾਓ। ਸੋ ਅਸੀਂ ਤਾਂ ਇਹੋ ਹੀ ਕਹਾਂਗੇ ਕਿ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਨਹੀਂ ਹੋਈਆਂ, ਤੁਹਾਡੇ ਜਿਹੜੇ ਐਂਬੀਸ਼ਨ ਸੀਗੇ ਉਹ ਤੁਹਾਨੂੰ ਸੁਖਬੀਰ ਸਿੰਘ ਬਾਦਲ ਇੱਥੋਂ ਇਸ ਮਾਝੇ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਦੀ ਵੱਧ ਰਹੀ ਸ਼ਾਖ ਕਰਕੇ ਤੁਸੀਂ ਜਿਹੜਾ ਵਾ ਇਹ ਅਕਾਲੀ ਦਲ ਦੇ ਉੱਤੇ ਉਂਗਲਾਂ ਚੱਕੀਆਂ ਵਾ। ਜੇ ਉਂਗਲਾਂ ਚੱਕਣੀਆਂ ਸੀਗੀਆਂ ਤਾਂ ਜਿੱਦਣ ਸਰਕਾਰ ਦੇ ਵਿੱਚ ਬੈਠੇ ਸੀਗੇ ਉਦਣ ਚੱਕਣੀਆਂ ਚਾਹੀਦੀਆਂ। ਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਅੱਜ ਉੱਥੇ ਚੋਹਲਾ ਸਾਹਿਬ ਬਹੁਤ ਵੱਡੀ ਕਾਨਫਰੰਸ ਕੀਤੀ ਆ, ਬੜੇ ਸਨਮਾਨਯੋਗ ਲੀਡਰ ਹੈਗੇ ਆ ਉਹ। ਸੋ ਇਹ ਪਾਰਟੀ ਦੀ ਇਹਨਾਂ ਦੀ ਕੋਰ ਕਮੇਟੀ ਜਾਂ PAC ਕੀ ਡਿਸਾਈਡ ਕਰਦੀ ਆ, ਲੇਕਿਨ ਅਸੀਂ ਸੁਝਾਅ ਜ਼ਰੂਰ ਦੇ ਸਕਦੇ ਹਾਂ। ਅਸੀਂ ਜਿੱਥੇ ਅਕਾਲੀ ਦਲ ਨੂੰ ਸੁਝਾਅ ਦੇਣਾ ਵਾ ਉੱਥੇ ਅਸੀਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੂੰ ਵੀ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਬ੍ਰਹਮਪੁਰਾ ਸਾਹਿਬ ਤੁਸੀਂ ਕੋਈ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਤੁਹਾਡੀ ਇੱਜ਼ਤ ਦੇ ਵਿੱਚ ਹੋਰ ਵਾਧਾ ਹੋਊਗਾ। ਇਹੋ ਜਿਹੇ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਤੁਸੀਂ ਨਾਲ ਲੈ ਕੇ, ਮੌਕਾ ਪ੍ਰਸਤ ਲੀਡਰਾਂ ਨੂੰ, ਸੇਵਾ ਸਿੰਘ ਵਰਗਿਆਂ ਨੂੰ ਨਾਲ ਲੈ ਕੇ ਤੁਸੀਂ ਜਿਹੜਾ ਇਹ ਟਕਰਾਅ ਦੀ ਰਾਜਨੀਤੀ ਦੇ ਵਿੱਚ ਆ ਰਹੇ ਹੋ, ਇਹਦੇ ਨਾਲੋਂ ਚੰਗਾ ਵਾ ਵੀ ਜੇ ਕੋਈ ਮਨਭੇਦ ਹੈਗੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ, ਉਹਨਾਂ ਦੇ ਉੱਤੇ ਬੈਠ ਕੇ ਵਿਚਾਰ ਕੀਤਾ ਜਾਵੇ। ਠੀਕ ਆ, ਹਰ ਪਰਿਵਾਰ ਦੇ ਵਿੱਚ, ਭਰਾਵਾਂ ਦੇ ਵਿੱਚ ਕੋਈ ਫਰਕ ਪੈ ਜਾਂਦਾ ਵਾ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਡੀ ਟਕਰਾਅ ਵਾਲੀ ਗੱਲ ਹੈਗੀ ਆ ਵੀ ਜਿਹਦੇ ਨਾਲ ਵੀ ਇਹਨਾਂ ਦੇ ਕੋਈ ਮਸਲੇ ਬਹਿ ਕੇ ਹੱਲ ਨਹੀਂ ਹੋ ਸਕਦੇ। ਮੈਨੂੰ ਲੱਗਦਾ ਵੀ ਇਹਨਾਂ ਨੂੰ ਕਰਨੀ ਚਾਹੀਦੀ ਆ, ਬੈਠ ਕੇ ਵਿਚਾਰ ਕਰਨਾ ਚਾਹੀਦਾ। ਨਹੀਂ ਠੀਕ ਆ, ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਗੱਲ ਕਰਨ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਬੜੇ ਸੂਝਵਾਨ ਲੀਡਰ ਆ, ਉਹਨਾਂ ਦਾ ਕੱਦ ਬੁੱਤ ਉਸ ਮੁਤਾਬਕ ਜੇ ਉਹਨਾਂ ਨੇ ਗੱਲ ਕਹੀ ਆ ਤਾਂ ਮੇਰੇ ਖਿਆਲ ਨਾਲ ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਔਰ ਬਾਦਲ ਸਾਹਿਬ ਬੜੀ ਦੂਰ ਅੰਦੇਸ਼ੀ ਵਾਲੇ ਲੀਡਰ ਆ, ਮੈਨੂੰ ਲੱਗਦਾ ਕਿ ਉਹਦੇ ਸਮੇਂ ਦੇ ਵਿੱਚ ਬਾਦਲ ਸਾਹਿਬ ਜਿਹੜੇ ਆ ਇਸ ਮੁੱਦੇ ਦੇ ਉੱਤੇ ਜ਼ਰੂਰ ਕੋਈ ਚੰਗਾ ਫੈਸਲਾ ਲੈਣਗੇ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੀ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।